होशियारपुर के अधीन आते पिंड रड़ा मंड विखे अज स्थिति उस समय तनावपूर्ण हो गई जदों जमीनी विवाद के चलदियां दो धिरां विचकार होए झगड़े ने खूनी रूप धारण कर लिया। दोहां धिरां वल्लों एक दूजे उपर तेज धार हथियार के नाल नाल गोलियां भी चला दित्तियां गईयां। घटना की सूचना मिलदियां ही पुलिस पार्टी भी मौके ते पहुंच गई ते दोहां धिरां नूं शांत करवाया। ਝਗੜਾ ਹੋਇਆ ਸੀ, ਕੀ ਗੱਲ ਹੋਈ ਸੀ? ਜ਼ਮੀਨ ਧੱਕੇ ਨਾਲ ਬਹੁਤ ਆਏ ਹੋਏ। ਅੱਛਾ ਜੀ। ਨਾਲ ਬੰਦੇ ਲੰਦੇ ਉਹਨਾਂ ਨੇ। ਅੱਛਾ ਜੀ। ਅਤੇ ਟਰਾਲੀ ਇੱਕ ਪੂਰੀ ਰੋੜਿਆਂ ਦੀ ਭਰੀ ਸੀ, ਰਿਵੋਲਵਰ ਸੀਗੇ ਜਿਹੜੇ ਬੰਦੇ ਮੰਗਵੇ ਲੈਂਦੇ ਆ, ਜਿਹੜੇ ਗੈਂਗ ਸੈਕਟਰ ਅੱਜ ਕੱਲ੍ਹ ਚੱਲਦੇ ਆ, ਪੈਸੇ ਲੈਂਦੇ ਆ। ਅੱਛਾ ਜੀ। ਉਹਨਾਂ ਆਣ ਕੇ ਅਤੇ ਸੱਟਾਂ ਲਾ। ਕਿੰਨੇ ਫਾਇਰ ਕੀਤੇ? ਚੱਪਣੇ ਕਿੰਨਾ ਕਿੰਨਾ ਦੇ ਲੱਗੀਆਂ ਜੀ? ਇਹਦੇ ਲੱਗੀਆਂ ਪੰਜ ਵੀ ਦੱਸੋ। ਕਿਹਨਾਂ ਦੇ ਲੱਗੀਆਂ ਜੀ? ਬਾਬਾ ਹਰਬੰਸ ਸਿੰਘ, ਇਹਨਾਂ ਦੇ ਕਿਰਪਾਨ ਵੱਜੀ ਹੈ ਬਾਅਦ ਅਤੇ ਇੱਕ ਨਸ਼ਾ ਆਪਣਾ ਗਾ ਸਤਪਾਲ ਸਿੰਘ, ਉਹਦੇ ਗੋਲੀ ਲੱਗੀ ਹੈ ਲੱਤ 'ਚ, ਦੋ ਗੋਲੀਆਂ ਲੱਗੀਆਂ ਲਾਡੀ ਦੀ ਲੱਗੀ ਅਤੇ ਇੱਕ ਲਾਡੀ ਆ ਉਹਦੇ ਲਾਡੀ ਦੀ ਗੋਲੀ ਲੱਗੀ ਹੈ ਲੱਤ 'ਚ, ਅਤੇ ਇੱਕ ਆਪਣਾ ਸਰਦਾਰ ਨਛੱਤਰ ਸਿੰਘ ਆ ਅਤੇ ਉਹਦੇ ਵੀ ਬਾਹਰ ਉੱਤੇ ਕਾਫੀ। ਇਹ ਮਾਮਲਾ ਕੀ ਸੀਗਾ ਭਾਅ ਜੀ? ਇਹ ਮਾਮਲਾ ਇਹ ਸੀ ਜੀ, ਇੱਥੇ ਤਾਂ ਨਛੱਤਰ ਸਿੰਘ ਆ ਬੜੇ ਮੰਡਦਾ, ਨਾਲ ਗੁਰਮੀਤ ਸਿੰਘ ਸੀ, ਇਹ ਜ਼ਮੀਨ ਦੇ ਕਾਫੀ 40-50 ਸਾਲ ਤੋਂ ਉੱਥੇ ਬੈਠੇ ਸੀ, ਜ਼ਮੀਨ ਦਾ ਕੇਸ ਚੱਲ ਰਿਹਾ ਸੀ ਅਤੇ ਕੇਸ ਦੇ ਵਿੱਚ ਅਜੇ ਟਾਈਮ ਨਹੀਂ ਹੈਗਾ ਜੀ, ਸਟੇਅ ਵੀ ਇਹਨਾਂ ਦਾ ਹੋ ਗਿਆ ਸੀ, ਪਰ ਉੱਥੇ ਨਿੱਕੂ ਨਾਂ ਦਾ ਬੰਦਾ ਸੀ ਰੜਾ ਪਿੰਡ ਦਾ, ਅਤੇ ਨਾਲ ਇੱਕ ਉਹਦੇ ਨਾਲ ਲੱਗੀ ਸੀ 60-70 ਰਨ ਪਛਾਤੇ ਬੰਦੇ ਸੀ, ਅਤੇ ਇਹਨਾਂ ਨੇ ਜਾਂਦੇ ਉੱਥੇ ਹਵਾਲਾ ਬੋਲ ਦਿੱਤਾ, ਉੱਥੇ ਅਚਾਨਕ ਬੰਦੇ ਬੈਠੇ ਸੀਗੇ ਸ਼ਾਦਮੀ ਢੰਗ ਨਾਲ, ਅਤੇ ਇਹਨਾਂ ਨੇ ਉੱਥੇ ਗੋਲੀ ਵੀ ਚਲਾਈ ਅਤੇ ਬੰਦੇ ਨੂੰ ਸੱਟਾਂ ਵੀ ਲਾਈਆਂ। ਕਿਹਨਾਂ ਦੇ ਬੰਦੇ ਆ? ਕਾਂਗਰਸ ਦੇ ਕਹਿੰਦੇ ਐਮ ਐਲ ਏ ਦੀ ਸ਼ਾਇਦ? ਐਮ ਐਲ ਏ ਦੀ ਸ਼ਾਇਦ ਹੀ ਆ ਜੀ। ਸਰ ਪੁਲਿਸ ਦੀ ਮਿਲੀ ਭੁਗਤ ਨਾ ਆ। ਅੱਛਾ। ਐਸ ਐਚ ਓ ਦੀ? ਕਿਹੜੇ ਪਿੰਡ ਦੀ ਜ਼ਮੀਨ? ਯੂਪੀ ਦੀ ਮਿਲੀ ਭੁਗਤ। ਰੜਾ ਮੰਡ? ਰੜਾ ਮੰਡ। ਐਮ ਐਲ ਏ ਕੌਣ? ਐਮ ਐਲ ਏ ਕੌਣ ਆ ਜੀ? ਇੱਕ ਰੜਾ ਪਿੰਡ ਪੈਂਦਾ, ਉਹ ਇੱਕ ਰੜਾ ਮੰਡ, ਸੰਘ ਸਿੰਘ ਜੀ ਆ। ਸੰਘ ਸਿੰਘ ਜੀ। ਹਾਂਜੀ। ਆਪਣਾ ਕੀ ਨਾਮ? ਕੁਲਦੀਪ ਸਿੰਘ। ਓਕੇ ਜੀ। ਮੰਡ ਸਿੰਘ। ਕੀ ਹੋਇਆ? ਲੜਾਈ ਹੋਈ ਆ ਪਾਣੀ ਦੀ। ਕਿਹਨਾਂ ਨਾਲ? ਨਿੱਕੂ ਨਾਲ। ਕੀ ਹੋਇਆ ਸਰ? ਨਿੱਕੂ ਉੱਥੇ ਅਸੀਂ ਪੈਲੀ ਪਾਉਂਦੇ ਹਾਂ, ਸਾਡੇ ਗੁਆਂਢ ਨਛੱਤਰ ਸਿੰਘ ਅਤੇ ਇੱਕ ਜਸਵੰਤ ਅਤੇ ਮੁੰਡੇ ਆ ਕੁਲਦੀਪ, ਉਹ ਪੈਲੀ ਉਹਨਾਂ ਦੀ ਜ਼ਬਰਦਸਤੀ ਆਣ ਕੇ ਉਹਨਾਂ ਨੂੰ 40-50 ਸਾਲ ਹੋ ਗਏ ਮੰਡ ਦੇ ਵਿੱਚ, ਜੰਗਲ ਪੁੱਟ ਕੇ ਪੈਲੀ ਬਣਾਈ ਨੂੰ, ਉੱਥੇ ਹੀ ਘਰ ਬਣਾਇਆ ਵਾ, ਉੱਥੇ ਹੀ ਰਹਿਣ ਡਏ, ਉਹ ਧੱਕੇ ਗੁੰਡੇ ਲਿਆ ਕੇ 60-70 ਗੁੰਡੇ, 3-4 ਵਾਰਾਂ ਉਹਨੇ ਹੱਲੇ ਬੋਲੇ ਆ, ਇੱਕ ਵਾਰੀ ਪਹਿਲਾਂ ਪੈਲੀ ਵਾਹ ਗਿਆ ਅਤੇ ਸਾਨੂੰ ਅਸੀਂ ਨਹੀਂ ਉੱਥੇ ਕੋਈ ਰਹਿ ਗਏ ਸਾਂ, ਹੁਣ ਫਿਰ ਅਸੀਂ ਝੋਨਾ ਲਾਉਣ ਡਏ ਹਾਂ ਅਤੇ ਇਹ ਲਿਆ ਕੇ ਗੁੰਡਿਆਂ ਦੀ ਪਾਰਟੀ ਅਤੇ ਗੋਲੀਆਂ ਮਾਰ ਕੇ ਸਾਡੇ ਬੰਦਿਆਂ ਨੂੰ ਬਹੁਤ ਜ਼ਿਆਦਾ ਜ਼ਖਮੀ ਕਰਤਾ, ਮੇਰੇ ਆਹ ਦਾਤਰ ਬੱਚੇ ਨੇ ਬਹੁਤ, ਇਹ ਕਰਕੇ ਬੜਾ ਵਧੀਕੀ ਕੀਤੀ ਆ। ਕਿਸੇ ਮੰਤਰੀ ਦੀ ਵੀ ਕੋਈ ਸ਼ਹਿ ਇਹਦੇ ਵਿੱਚ? ਉਹਦੇ ਜੀ ਮੰਤਰੀ ਦੀ ਅਤੇ ਪੁਲਿਸ ਦੀ ਪੂਰੀ ਸ਼ਹਿ ਆ, ਮੰਤਰੀ ਕੋਲ ਇੱਕ ਗੁੰਡਾ ਜੀ, ਉਹ ਇੱਕ ਗੁੰਡਾ ਬੰਦਾ ਆ ਅਤੇ ਉਹਦੇ ਨਾਲ ਪੁਲਿਸ ਦੀ ਵੀ ਰਸ਼ਤ ਆ, ਅਤੇ ਐਮ ਐਲ ਏ ਜਿਹੜਾ ਸਾਡਾ ਸੰਗਤ ਸਿੰਘ ਆ ਉਹਦਾ ਸਭ ਦੀ ਬਹੁਤ ਜ਼ਿਆਦਾ ਹੱਥਿਆ। ਗੁਰਦੀਪ ਸਿੰਘ ਦੀ ਰਿਪੋਰਟ, ਲਾਈਵ ਭਾਰਤ। ਸ਼ੰਕਰ ਮਾਲੀ ਰਾਮ ਕੇਡੀਆ ਜੀ ਨੇ ਔਰ ਇੱਕੀ ਫਲੋ ਦੀ ਪੂਰੀ ਟੀਮ ਨੇ ਇਨੀਸ਼ੀਏਟਿਵ ਲਿਆ ਹੈ।